ਦੋਸਤੋ ਅੱਜ ਗੱਲ ਕਰਾਂਗੇ ਕੂਲ ਲਿਪ ਦੇ ਬਾਰੇ ਕੂਲ ਲਿਪ ਇੱਕ ਤਮਾਕੂ ਦਾ ਸੁਧਰਿਆ ਹੋਇਆ ਇੱਕ ਤਰ੍ਹਾਂ ਦੇ ਕਲ ਰੂਪ ਹੈ ਉਹਨੂੰ ਐਡਵਾਂਸ ਇੱਕ ਸ਼ੇਪ ਦੇ ਦਿੱਤੀ ਗਈ ਹੈ ਤਮਾਕੂ ਨੂੰ ਉਹ 'ਚ ਥੋੜੇ ਫਲੇਵਰ ਪਾ ਕੇ ਥੋੜਾ ਉੱਤੇ ਫਿਲਟਰ ਲਗਾ ਕੇ ਹੈ ਉਹ ਤਮਾਕੂ ਹੀ ਹੈ ਨਿਕੋਟਿਨ ਹੀ ਹੈ ਨਿਕੋਟਿਨ ਦੇ ਕੀ ਨੁਕਸਾਨ ਹੁੰਦੇ ਤੁਸੀਂ ਸਭ ਪੜੇ ਲਿਖੇ ਹੋ ਤੁਹਾਨੂੰ ਸਭ ਨੂੰ ਪਤਾ ਹੈ ਨਿਕੋਟਿਨ ਦੇ ਵਿੱਚ ਇਹੋ ਜਿਹੇ ਕੈਮੀਕਲ ਪਾਏ ਜਾਂਦੇ ਨੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਕਿ ਸਾਡੇ ਖੂਨ ਨੂੰ ਤਜਾਬੀ ਬਣਾਉਂਦਾ ਹੈ ਜਦੋਂ ਸਾਡਾ ਖੂਨ ਤਜਾਬੀ ਹੋ ਜਾਂਦਾ ਹੈ ਤਾਂ ਖੂਨ ਸਾਡੀ ਰਗ-ਰਗ ਦੇ ਵਿੱਚ ਘੁੰਮਦਾ ਹੈ ਸਾਡੇ ਸਿਰ ਤੋਂ ਲੈ ਕੇ ਸਾਡੇ ਪੈਰਾਂ ਤੱਕ ਘੁੰਮਦਾ ਸੋ ਜਦੋਂ ਪੰਜਾਬੀ ਖੂਨ ਜਿਹੜਾ ਗੰਦਾ ਖੂਨ ਹੈ ਟਾਕਸਿਕ ਖੂਨ ਹੈ ਜਿਹੜਾ ਤੁਹਾਨੂੰ ਸਾਡੇ ਸਰੀਰ ਦੇ ਵਿੱਚ ਘੁੰਮਦਾ ਸਾਡਾ ਲਿਵਰ ਇਸ ਤੋਂ ਖਰਾਬ ਹੁੰਦਾ ਹੈ ਸਾਡੀਆਂ ਕਿਡਨੀ ਐਸੋ ਖਰਾਬ ਹੁੰਦੀਆਂ ਤੇ ਵੱਡੀ ਗੱਲ ਇਹ ਹੈ ਕਿ ਇਹ ਜ਼ਰੂਰੀ ਨਹੀਂ ਕਿ ਮੂੰਹ ਦਾ ਹੀ ਕੈਂਸਰ ਕਿਸੇ ਵੀ ਬਾਡੀ ਵਿੱਚ ਕਿਸੇ ਪਾਰਟ ਦੇ ਉੱਤੇ ਵੀ ਜਿਹੜਾ ਕੈਂਸਰ ਆ ਬਣ ਸਕਦੀ ਹੈ ਨਿਕੋਟਿਨ ਐਸੀ ਖਤਰਨਾਕ ਚੀਜ਼ ਹੈ ਸੋ ਕੂਲਿਪ ਜਿਹੜੇ ਮੇਰੇ ਵੀਰ ਗੱਡੀਆਂ ਚਲਾਉਂਦੇ ਨੇ ਖਾਸ ਤੌਰ ਤੇ ਜਾਂ ਕੋਈ ਵੀ ਕੰਮ ਕਰਦੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਸੁਣਨ ਦੇ ਵਿੱਚ ਆਇਆ ਕਿ ਬਹੁਤ ਜ਼ਿਆਦਾ ਕੂਲਿਪ ਦਾ ਜਿਹੜਾ ਇਸਤੇਮਾਲ ਉਹ ਕਰਦੇ ਆ ਸੋ ਕੂਲਿਪ ਸਿਹਤ ਦੇ ਵਾਸਤੇ ਬਿਲਕੁਲ ਠੀਕ ਨਹੀਂ ਹੈ ਜੇਕਰ ਤੁਸੀਂ ਕੂਲਿਪ ਨੂੰ ਛੱਡਣਾ ਚਾਹੁੰਦੇ ਹੋ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਇੱਕ ਕਾਪੀ ਲੈਣੀ ਹੋ ਤੇ ਲਿਖਣਾ ਆ ਕਿ ਤੁਸੀਂ ਇੱਕ ਦਿਨ ਦੇ ਵਿੱਚ ਕਿੰਨੇ ਕਿੰਨੇ ਵਜੇ ਤੇ ਕਿੰਨੀ ਵਾਰੀ ਕੂਲ ਲਿਪ ਜਿਹੜੀ ਆ ਉਹਦਾ ਯੂਜ਼ ਕੀਤਾ ਆ ਸੋ ਉਹ ਜਿਹੜੀ ਲਿਸਟ ਆ ਬਣਾ ਕੇ ਤੁਸੀਂ ਮੈਨੂੰ ਸਕਰੀਨ ਤੇ ਦਿੱਤੇ ਨੰਬਰ ਤੇ ਵਟਸਐਪ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਗਾਈਡ ਕਰਾਂਗਾ ਕਿ ਇਹਨੂੰ ਕਿਸ ਤਰੀਕੇ ਨਾਲ ਛੱਡਣਾ ਆ ਇਹਦਾ ਆਲਟਰਨੇਟ ਕੀ ਆ ਜਿਹੜਾ ਇਹਨੇ ਖੂਨ ਗੰਦਾ ਤੁਹਾਡਾ ਕਰ ਦਿੱਤਾ ਆ ਜਿਹੜਾ ਇਹਨੇ ਤੁਹਾਡੀ ਬਾਡੀ 'ਚ ਖਰਾਬੀ ਪਾਈ ਆ ਉਹਨੂੰ ਠੀਕ ਤੁਸੀਂ ਕਿਸ ਤਰੀਕੇ ਨਾਲ ਕਰ ਸਕਦੇ ਆ ਸੋ ਜੁੜੇ ਰਹੋ ਵੈਦਰਾਂ ਦਾਵਾ ਇੰਸਟਾਗ੍ਰam ਫੇਸਬੁੱਕ ਥੈਂਕ ਯੂ